ਅੱਛਾ ਤੇ ਜਿਹੜਾ ਮਹੀਨਾ ਜਿਹੜਾ ਆਪਾਂ ਦੇਸੀ ਮਹੀਨਾ ਕਹੀਏ ਕਿਹੜਾ ਮਹੀਨਾ ਚੱਲ ਰਿਹਾ ਇਹ ਜੇਠ ਚੱਲ ਰਿਹਾ ਜੀ ਜੇਠ ਚੱਲ ਰਿਹਾ ਹਾਂਜੀ ਤੇ ਵੈਸੇ ਵੀ ਕਹਿੰਦੇ ਘਰ ਦੇ ਵਿੱਚ ਵੀ ਕੋਈ ਨਾ ਕੋਈ ਜੇਠ ਹੁੰਦਾ ਹੈ ਹਾਂਜੀ ਹੁੰਦਾ ਜੀ ਜੇਠ ਹੁੰਦਾ ਹੈ ਅੱਗੇ ਬਾਪੂ ਜੀ ਤੁਸੀਂ ਤਾਂ ਨਹੀਂ ਜੇਠ ਝੂਠ ਲੱਗਦੇ ਕਿਸੇ ਦੇ ਲੱਗਦੇ ਆ ਜੀ ਬਾਪੂ ਜੀ ਕੀ ਹਾਲ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਸਰਕਾਰ ਨੇ ਤਾਂ ਇਹ ਕੱਪੜਾ ਬੰਨਾ ਤੁਸੀਂ ਕੱਪੜਿਆਂ ਤੋਂ ਬਾਹਰ ਤੁਰੇ ਫਿਰਦੇ ਹੋ ਗਰਮੀ ਵੱਧ ਗਈ ਹੁਣ ਇਹਨਾਂ ਦਿਨਾਂ 'ਚ ਹਾਂਜੀ ਗਰਮੀ ਲੋ ਚੱਲਣ ਲੱਗ ਬਹੁਤ ਜ਼ਿਆਦਾ ਅੱਗ ਪੈ ਰਹੀ ਹੈ ਜੀ ਕੀ ਮੋਬਾਈਲ ਤੇ ਆਨਲਾਈਨ ਕੰਮ ਕਰ ਰਹੇ ਹਾਂ ਕੰਪਨੀ 'ਚ ਲੱਗਾਂਗੇ ਜੀ ਨਹੀਂ ਸਕੂਲ ਹੀ ਸਕੂਲ ਦਾ ਕੰਮ ਸਾਰਾ ਮਤਲਬ ਇਹਦੇ ਤੇ ਆ ਜਾਂਦਾ ਹਾਂ ਜੀ ਨਹੀਂ ਜਿਹੜੇ ਟੀਚਰ ਆ ਮਾਸਟਰ ਆਉਂਦੇ ਆ ਫੋਟੋ ਆਉਂਦੇ ਉਹਨਾਂ ਦੀ ਕਿ ਨਹੀਂ ਆਨਲਾਈਨ ਕੱਲਾ ਕੰਮ ਕੰਮ ਆਉਂਦਾ ਕੰਮ 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 ਦੇਖ ਰਿਹਾ ਹਾਂ ਦਿਖਾਈ ਮੜਾ ਉਧਰ ਕੈਮਰੇ 'ਚ ਕਿਹੜੀ ਕੀ ਕੰਮ ਚੱਲ ਰਿਹਾ ਇਹ ਤਾਂ ਫੋਟੋ ਇਹ ਤਾਂ ਗੇਮ ਲਈ ਬੈਠਾ ਕੈਮਰਾ ਅੱਧ ਕੈਮਰੇ 'ਚ ਕਰ ਕੈਮਰੇ 'ਚ ਕਮਰ ਕੈਮਰੇ 'ਚ ਦੇਖੋ ਆ ਲੈ ਇਹ ਕਿਹੜਾ ਸਕੂਲ ਦਾ ਕੰਮ ਆ ਵੀ ਹੈ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਦਾ ਸਿੱਖਿਆ ਮੰਤਰੀ ਸਿੱਖਿਆ ਤੋਂ ਲੈਣੇ ਆ ਸਕੂਲ ਜਾਣਾ ਸਿੱਖਿਆ ਮੰਤਰੀ ਦਾ ਨਾਮ ਦੱਸ ਦੇ 5 ਰੁਪਏ ਦੇ ਕੇ ਜਾਊਂਗਾ ਤੇ ਲਟਾ ਫੀਂਗ ਕੀ ਹੁੰਦਾ ਲਟਾ ਫੀਂਗ ਤਾਂ ਫਿਰ ਇਤਰੀਆਂ ਜੇ ਕੰਮ ਖੁੱਲ ਕੇ ਚੱਲੇ ਹਾਂ ਕੋਈ ਦਿੱਕਤ ਨਹੀਂ ਆਉਂਦੀ ਹੁਣ ਤਾਂ ਦਿੱਕਤ ਬਹੁਤ ਆਉਂਦੀ ਆ ਹੁਣ ਲਟਾ ਫੀਂਗ ਹੋ ਰਿਹਾ ਲਟਾ ਫੀਂਗ ਆ ਸਾਰਾ ਦਿਨ ਧੁੱਪ ਜੋ ਸਾਰਾ ਦੁਪਹਿਰਾ ਉੱਪਰ ਦੀ ਲੰਘੂਗਾ ਉੱਪਰ ਹੁਣ ਜਿਵੇਂ ਲੋ ਵੀ ਬੜੀ ਗਰਮੀ ਹੋ ਰਹੀ ਜੋ ਮਰਜ਼ੀ ਆ ਹਾਂ ਉੱਥੇ ਸਾਰਾ ਮਤਲਬ ਪਿੰਡਾ ਪੂਰਾ ਹੰਡਾਉਂਦਾਗਾ ਆਪਣੇ ਉੱਤੇ ਪੂਰਾ ਹੈ ਚਾਹ ਰੋਟੀ ਸੇਕ ਲਈ ਦੁਪਹਿਰ ਨੂੰ ਹੱਥਾਂ ਦਿੱਤੀਆਂ ਮੂੰਹ ਨਾ ਖੋਲਣੀਆਂ ਪੈਂਦੀਆਂ ਸੱਤ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਮੈਂ ਹੈਪੀ ਭਗਤਾ ਅਤੇ ਅੱਜ ਬੜੇ ਲੰਮੇ ਦਿਨਾਂ ਦੇ ਬਾਅਦ ਲੋਕਡਾਊਨ ਤੋਂ ਲੋਕਡਾਊਨ ਹਜੇ ਵੈਸੇ ਚੱਲ ਰਿਹਾ ਹੈਗਾ ਅਤੇ ਪਰ ਉਸ ਦੇ ਦੌਰਾਨ ਅਸੀਂ ਪਿੰਡਾਂ ਦਾ ਹਾਲ ਜਾਣਨ ਸਾਡੀ ਪੂਰੀ ਟੀਮ ਪਹੁੰਚੀ ਆ ਪਟਿਆਲੇ ਜ਼ਿਲ੍ਹੇ ਦਾ ਪਿੰਡ ਹੈ ਅਸਰਪੁਰ ਅਸਰਪੁਰ ਦੇ ਵਿੱਚ ਕਿੰਨਾ ਕੁ ਅਸਰ ਹੋਇਆ ਲੋਕਡਾਊਨ ਦੌਰਾਨ ਆਪਾਂ ਪਿੰਡ ਜਾ ਕੇ ਦੇਖਾਂਗੇ ਆਓ ਦੇਖੀਏ ਪਟਿਆਲੇ ਜ਼ਿਲ੍ਹੇ ਦਾ ਪਿੰਡ ਅਸਰਪੁਰ ਸਸਿਕਾ ਬਾਬਾ ਜੀ ਕੀ ਹਾਲ ਨੇ ਠੀਕ ਜੀ ਕਿੱਦਾਂ ਠੀਕ ਜੀ ਐਨ ਲੋਕਡਾਊਨ ਚ ਕਿਵੇਂ ਰਿਹਾ ਜੀ ਫਿਰ ਲੋਕਡਾਊਨ ਚ ਠੀਕ ਰਿਹਾ ਜੀ ਨਹੀਂ ਘਰੇ ਰਹੇ ਹਾਂ ਘਰਾਂ ਰਹੇ ਜੀ ਨਹੀਂ ਕਿਤੇ ਬਾਹਰ ਦੇਖਣਗੇ ਵੀ ਦੇਖ ਕੇ ਆਈਏ ਕਰੋਨਾ ਅੰਦਰ ਰਹੇ ਜੀ ਉਹਨਾਂ ਦੇ ਅੱਛਾ ਇੱਕ ਪੰਜਾਬੀ ਦੇ ਵਿੱਚ ਕਹਿੰਦੇ ਹੁੰਦੇ ਆ ਕਿ ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਖੋਲਣੀਆਂ ਪੈਂਦੀਆਂ ਗੰਢਾਂ ਮਤਲਬ ਉਹ ਕੀ ਹੁੰਦਾ ਗਾ ਕਿਉਂ ਕਹਿੰਦੇ ਹੁੰਦੇ ਆ ਉਹਦਾ ਜ਼ਿਆਦਾ ਔਖਾ ਕੰਮ ਆਉਂਦਾ ਫਿਰ ਕਹਿੰਦੇ ਨੇ ਵੀ ਨਹੀਂ ਔਖਿਆਈ 'ਚ ਜਦੋਂ ਬੰਦਾ ਫਸ ਜਾਂਦਾ ਗਾ ਵੀ ਹੱਥ ਨਾਲ ਗੰਢ ਦੇ ਤੀ ਫਿਰ ਮੂੰਹ ਨਾਲ ਹੌਲੀ ਕਰ ਖੋਲਣੀ ਪੈਂਦੀ ਆ ਤੇ ਨਹੀਂ ਹੁਣ ਇਹ ਕੀ ਵਾਪਰਿਆ ਜਿਹੜਾ ਕੁਛ ਹੋਇਆ ਵੀ ਬਿਮਾਰੀ ਆ ਗਈ ਇੱਕਦਮ ਸਾਰੇ ਕੰਮ ਜਿਹੜੇ ਆ ਠੱਪ ਹੋ ਗਏ ਕੰਮ ਸਾਰੇ ਠੱਪ ਹੋ ਗਏ ਤੇ ਔਖਾ ਹੋਇਆ ਮਤਲਬ ਤੇ ਲੇਬਰ ਤੋਂ ਵੀ ਔਖਾ ਹੋਇਆ ਤੇ ਹੁਣ ਜੀਰੀ ਦਾ ਸੀਜ਼ਨ ਆ ਗਿਆ ਗਾ ਜੀਰੀ ਦਾ ਕੀ ਇਹ ਬਹੁਤ ਔਖਾ ਹੋ ਰਿਹਾ ਕੰਮ ਬੰਦਿਆਂ ਕੰਨੀਓ ਜਿਹੜੇ ਸਾਰੀ ਲੇਬਰ ਆ ਬਾਹਰ ਚਲੀ ਗਈ ਉਹ ਬਾਹਰ ਚਲੀ ਗਈ ਆਈ ਨਹੀਂ ਕੋਈ ਆਈ ਨਹੀਂ ਤੇ ਤੁਸੀਂ ਮੈਂ ਹੁਣ ਜਿਵੇਂ ਪਿੰਡ ਦੇ ਵਿੱਚ ਬੈਠੇ ਹੋ ਦੂਰ ਦੂਰ ਖੜ ਕੇ ਗੱਲ ਕਰਦੇ ਹੋ ਹਾਂ ਦੂਰ ਦੂਰ ਖੜ ਕੇ ਨਾਲੇ ਕਹਿੰਦੇ ਨੇ ਕਿ ਪਿੰਡਾਂ ਦੇ ਵਿੱਚ ਸੱਥਾਂ ਜਿਹੜੀਆਂ ਉਵੇਂ ਲੱਗ ਰਹੀਆਂ ਨੇ ਅੱਜ ਕੱਲ ਵੀ ਹਜੇ ਵੀ ਹਾਂਜੀ ਪਿੰਡਾਂ ਦੇ ਵਿੱਚ ਉਵੇਂ ਸੱਥਾਂ ਤਾਸ਼ ਨਾ ਜੀ ਨਾ ਕੋਈ ਨਹੀਂ ਜਿੱਦਾਂ ਦਾ ਲੋਕ ਚੱਲਿਆ ਤੇ ਗੜਬੜਾਂ ਹੋ ਰਹੀਆਂ ਨੇ ਸਾਡੇ ਲੋਕ ਸਭ ਅੰਦਰ ਨੇ ਦੂਰ ਦੂਰ ਤੋਂ ਦੂਰ 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 ਤੋਂ ਗੱਲਬਾਤ ਦੂਰ ਤੋਂ ਬਹਿੰਦੇ ਨੇ ਤੇ ਘਰਾਂ 'ਚ ਰਹਿੰਦੇ ਨੇ ਕੋਈ ਟਮਾਟਰ ਲਈ ਨਿਕਲਦਾ ਕੰਮ ਕਾਰ ਵਾਰੀ ਕੰਮ ਕਾਰ ਕਰਦੇ ਲਓ ਜੀ ਬਿਲਕੁਲ ਜੀ ਕੰਮ ਕਾਰ ਕਰਕੇ ਪਿੰਡਾਂ ਦੇ ਲੋਕ ਘਰਾਂ ਤੋਂ ਬਾਹਰ ਨਿਕਲਦੇ ਨੇ ਇਹ ਜ਼ਰੂਰੀ ਨਹੀਂ ਹੈ ਕਿ ਤਾਸ਼ ਪਹਿਲਾਂ ਵਾਂਗ ਖੇਡੀ ਜਾ ਰਹੀ ਹੈ ਪਰ ਆਪਾਂ ਅਸਰਪੁਰ ਪਿੰਡ ਦੇਖ ਰਹੇ ਹਾਂ ਅਤੇ ਅਸਰਪੁਰ ਪਿੰਡ ਦੇ ਲੋਕਾਂ ਨਾਲ ਕਰਦੇ ਹਾਂ ਗੱਲਬਾਤ ਬਾਬਾ ਜੀ ਕੀ ਹਾਲ ਨੇ ਬਹੁਤ ਵਧੀਆ ਜੀ
ਬਹੁਤ ਵਧੀਆ ਜੀ ਸਰਕਾਰ ਨੇ ਤੇ ਕੱਪੜਾ ਬੰਨਾ ਤੁਸੀਂ ਕੱਪੜੇ ਤੋਂ ਬਾਹਰ ਤੁਰੇ ਫਿਰਦੇ ਹੋ ਕੱਪੜੇ ਦੀ ਚੱਕੀ ਜੀ ਆ ਕੇ ਆਏ ਤੇ ਅੱਛਾ ਹਾਂਜੀ ਚੱਕੀ ਦੇ ਆਟਾ ਲੈਣ ਗਏ ਸੀ ਆਟਾ ਲੈਣ ਗਏ ਕੱਪੜੇ ਲਾ ਕੇ ਗਏ ਹੋ ਕਾਜਨਾ ਜੀ ਵਾਲੇ ਪਾਈ ਹੋਈ ਆ ਪਾਈ ਹੋਏ ਨੇ ਜੀ ਸਰਕਾਰ ਨੇ ਕਿਹਾ ਵੀ ਕੱਪੜਾ ਮੂੰਹ ਤੇ ਬੰਨ ਕੇ ਰੱਖੋ ਬਾਬਾ ਜੀ ਦਾ ਬੰਨੇ ਹੋਇਆ ਬੰਨ ਕੇ ਰੱਖਦੇ ਆ ਜੀ ਤਾਂ ਕਰਕੇ ਨਾ ਨਾ ਕੇ ਹਟੇ ਦੇ ਜੀ ਹੁਣੇ ਨਾ ਆ ਕੇ ਫਿਰ ਪਿੰਡਾਂ ਸਕਾਉਣਾ ਪੈਣਾ ਹਾਂਜੀ ਗਰਮੀ ਵੱਧ ਗਈ ਹੁਣ ਇਹਨਾਂ ਦਿਨਾਂ 'ਚ ਹਾਂਜੀ ਲੋ ਚੱਲਣ ਲੱਗ ਪਈ ਬਹੁਤ ਜ਼ਿਆਦਾ ਅੱਗ ਪੈ ਰਹੀ ਹੈ ਨੀਰੀ ਅੱਛਾ ਤੇ ਜਿਹੜਾ ਮਹੀਨਾ ਜਿਹੜਾ ਆਪਾਂ ਦੇਸੀ ਮਹੀਨਾ ਕਹੀਏ ਕਿਹੜਾ ਮਹੀਨਾ ਚੱਲ ਇਹ ਜੇਠ ਚੱਲ ਰਿਹਾ ਜੀ ਜੇਠ ਚੱਲ ਰਿਹਾ ਹਾਂਜੀ ਤੇ ਵੈਸੇ ਵੀ ਕਹਿੰਦੇ ਘਰ ਦੇ ਵਿੱਚ ਵੀ ਕੋਈ ਨਾ ਕੋਈ ਜੇਠ ਹੁੰਦਾ ਹਾਂਜੀ ਹੁੰਦਾ ਜੀ ਜੇਠ ਹੁੰਦਾ ਅੱਗੇ ਬਾਪੂ ਜੀ ਤੁਸੀਂ ਤਾਂ ਨਹੀਂ ਜੇਠ ਝੂਠ ਲੱਗਦੇ ਕਿਸੇ ਦੇ ਲੱਗਦੇ ਆ ਜੀ ਲੱਗਦੇ ਜੀ ਹਾਂਜੀ ਹਾਂਜੀ ਅੱਛਾ ਤੇ ਜੇਠ ਨਾਲ ਸੰਬੰਧਿਤ ਕੋਈ ਮੋਕ ਝੋਕ ਨਹੀਂ ਚੱਲ ਦਿੰਦੀ ਆ ਨਹੀਂ ਜੀ ਨਹੀਂ ਉਹ ਹੋਰ ਤੱਕ ਪਤਾ ਕੀ ਹੈ ਜੀ ਜਿਹੜਾ ਵੱਡਾ ਹੁੰਦਾ ਉਹਨੂੰ ਜੇਠ ਹੀ ਕਹਿੰਦੇ ਆ ਵੱਡੇ ਨੂੰ ਜੇਠ ਕਹਿੰਦੇ ਆ ਵੱਡੇ ਨੂੰ ਤੇ ਨਾਲੇ ਕਹਿੰਦੇ ਕਿ ਛੜਾ ਜੇਠ ਕਹਿੰਦੇ ਛੜੇ ਜੇਠ ਨੂੰ ਲੱਸੀ ਨਹੀਂ ਦੇਣੀ ਵੱਡੇ ਨੂੰ ਪਤਾ ਜੀ ਕਿ ਉਹਦਾ ਵੱਡਾ ਹੁੰਦਾ ਉਹਨੂੰ ਬਾਪਾਂ ਸਮਝ ਨਹੀਂ ਸਮਝਦੇ ਨਹੀਂ ਜੀ ਜੇਠ ਤੋਂ ਅਗਲਾ ਮਹੀਨਾ ਕਿਹੜਾ ਹੁੰਦਾ ਹਾੜ ਆਊਗਾ ਜੀ ਹਾੜ ਤੋਂ ਬਾਅਦ ਸੌਣ ਆ ਜੀ ਸੌਣ ਤੋਂ ਬਾਅਦ ਭਾਦੋਂ ਆਊ ਭਾਦੋਂ ਤੋਂ ਬਾਅਦ ਅੱਸੂ ਆਊ ਜੀ ਅੱਸੂ ਤੋਂ ਬਾਅਦ ਕੱਤਕ ਜੀ ਫੇਰ ਜੀ ਕੱਤਕ ਤੋਂ ਬਾਅਦ ਆਊਗਾ ਪੋ ਪੋ ਹਾਂ ਫੇਰ ਮਾਘ ਹੈ ਕੱਤਕ ਤੋਂ ਮੱਗਰ ਮੱਗਰ ਹਾਂ ਮੱਗਰ ਤੋਂ ਬਾਅਦ ਕਰ ਤੋਂ ਬਾਅਦ ਪੋ ਆਊਗੀ ਪੋ ਤੋਂ ਬਾਅਦ ਮਾਘ ਮਾਘ ਫੇਰ ਮਾਘੀ ਦਾ ਮੇਲਾ ਹਾਂਜੀ 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 ਚਲੋ ਠੀਕ ਆ ਬਾਪੂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆਜੋ ਜੀ ਖੇਤ ਦੇ ਵੀ ਨਜ਼ਾਰੇ ਆਪਾਂ ਦੇਖ ਲਈਏ ਪੱਠੇ ਵੱਡੇ ਜਾ ਰਹੇ ਨੇ ਬਾਈ ਕੀ ਹਾਲ ਹੈ ਵਧੀਆ ਜੀ ਵਧੀਆ ਆ ਦਾਤੀ ਵਾਲਾ ਦੂਜਾ ਦਾਤੀ ਵਾਲਾ ਕਿੱਧਰ ਗਿਆ ਉਹ ਹੁਣੇ ਗਿਆ ਜੀ ਪਿੰਡ ਘਰੇ ਹਾਂ ਜੀ ਰੋਟੀ ਪਾਣੀ ਤਾਂ ਨਹੀਂ ਲੈਣ ਗਿਆ ਹਾਂ ਜੀ ਹਾਂ ਰੋਟੀ ਹੈ ਹਾਂ ਜੀ ਪਹਿਲੀ ਵਾਰ ਸੁਣਿਆ ਬੰਦਾ ਕਣਕ ਵੱਢਦੇ ਨੂੰ ਤਾਂ ਰੋਟੀ ਆਉਂਦੀ ਸੁਣੀ ਹੈ ਪੱਠੇ ਵੱਢਦੇ ਨੂੰ ਰੋਟੀ ਆਉਂਦੀ ਹੈ ਪਾਣੀ ਮੰਗਾ ਦੀ ਪਾਣੀ ਅੱਛਾ ਮੰਗ ਕੇ ਤੇ ਰੋਟੀ ਮੰਗਾ ਲਈ ਅੱਛਾ ਬਾਈ ਜਿਹੜਾ ਤੁਹਾਡੇ ਟੋਲ ਪਲਾਜ਼ਾ ਹੈ ਅਸਰਪੁਰ ਚੌਪਕੀ ਨਾਲ ਪੈ ਗਿਆ ਚੌਪਕੀ ਤੋਂ ਜਦੋਂ ਮੇਨ ਰੋਡ ਤੇ ਜਾਂਦੇ ਆ ਸਮਾਣਾ ਪਾਤੜਾ ਹਨਾ ਤੇ ਟੋਲ ਪਲਾਜ਼ਾ ਪੈਂਦਾ ਇਹਦਾ ਕੋਈ ਮਤਲਬ ਔਖਿਆ ਹੀ ਨਹੀਂ ਹੁੰਦੀ ਵੀ ਟ੍ਰੈਫਿਕ ਇੱਧਰ ਦੀ ਲੰਘਦਾ ਹੋਵੇ ਬਹੁਤ ਔਖਾ ਹੀ ਹੈ ਫਿਰ ਇਹਦੀ ਤਾਂ ਯਾਰ ਹੈ ਬਹੁਤ ਔਖਾ ਹੀ ਹੈ ਜਿਆਦੇ ਬਹੁਤ ਜੀ ਆਪਣਾ ਜਿਹੜੀ ਸੜਕਾਂ ਜੀ ਸੜਕਾਂ ਜਿਵੇਂ ਟੁੱਟੀਆਂ ਪਈਆਂ ਨੇ ਜੀ ਜਦ ਹੁਣ ਜਿਵੇਂ ਜੀਰੀ ਲਾਵਾਂਗੇ ਜੀ ਜਦ ਕੱਦੂ ਕਰਨ ਜਾਂਦੇ ਆ ਟਰੈਕਟਰ ਲੈ ਕੇ ਜੀ ਇੱਕ ਗੱਡੀਆਂ ਸਾਈਡ ਬਾਰ ਬਾਰ ਜੀ ਹੜ ਹੁੰਦੇ ਨੇ ਮਗਰ ਤੇ ਸੜਕਾਂ ਜਿਵੇਂ ਤੋੜੀਆਂ ਪਈਆਂ ਨੇ ਜੀ ਪਿੰਡ ਵਾਲੀਆਂ ਹਾਂ ਪਿੰਡ ਵਾਲੀਆਂ ਤੇ ਨਹੀਂ ਜਿਵੇਂ ਐਕਸੀਡੈਂਟ ਦਾ ਕਾਰਨ ਨਹੀਂ ਬਣਦੇ ਵੀ ਜਿਵੇਂ ਬਹੁਤ ਸਾਰੇ ਬੱਚੇ ਆ ਜਾਣ ਜਿਵੇਂ ਪਿੰਡ ਦੇ ਬੱਚੇ ਖੇਡ ਬੱਚੇ ਜੇ ਹੋਇਆ ਜੀ ਗੱਡੀ ਸਿੱਧੀ ਆ ਕੇ ਜੀ ਘਰ ਦੀ ਘਰੀ ਵੜ ਗਈ ਇੱਕ ਦੇ ਜੀ ਮਤਲਬ ਸਿੱਧੀ ਘਰੇ ਅੰਦਰ ਤੇ ਹਾਂ ਗੇਟ ਆ ਜੂ ਲੈਣ ਸਿੱਧਾ ਹਾਂ ਸਿੱਧੀ ਹੋ ਗਈ ਜੀ ਤੇ ਕੋਈ ਨੁਕਸਾਨ ਘਰ ਦਾ ਨੁਕਸਾਨ ਹੋਣਾ ਘਰ ਦਾ ਤਾਂ ਹੋ ਗਿਆ ਜੀ ਯਾਨੀ ਕਿ ਆਇਆ ਵੀ ਸੱਟ ਪੇਟ ਨਹੀਂ ਵੱਜੀ ਤੇ ਹੋਰ ਵੀ ਜਿਵੇਂ ਬੱਚੇ ਅਕਸਰ ਪਿੰਡ ਦੇ ਖੇਡਦੇ ਰਹਿੰਦੇ ਨੇ ਗਲੀਆਂ ਦੇ ਵਿੱਚ ਉਸ ਤੋਂ ਵੇਲੇ ਵੀ ਨੁਕਸਾਨ ਹੁੰਦਾ ਉਹ ਹੈ ਤਾਂ ਨੁਕਸਾਨ ਆ ਜੀ ਹੁਣ ਛੋਟੇ ਛੋਟੇ ਬੱਚੇ ਸੜਕਾਂ ਤੇ ਖੇਡਦੇ ਨੇ ਜੀ ਧਿਆਨ ਰੱਖਣਾ ਪੈਂਦਾ ਪੂਰਾ ਜੀ ਯਾਨੀ ਕਿ ਡੱਕੀ ਹੋ ਰਹਿੰਦੀ ਸੜਕ ਤੇ ਟੋਲ ਪਲਾਜ਼ੇ ਵੱਲੋਂ ਤੁਹਾਨੂੰ ਕੋਈ ਰਿਆਇਤ ਪਿੰਡ ਵਾਲਿਆਂ ਨੂੰ ਕੋਈ ਰਿਆਇਤ ਨਹੀਂ ਵੀ ਜਿਵੇਂ ਗੱਡੀ ਲੈ ਕੇ ਜਾਓ ਤੁਹਾਨੂੰ ਵੀ ਟੋਲ ਲੱਗੂਗਾ ਨਾ ਅਜੇ ਤਾਂ ਹੈ ਜੀ ਟੋਲ ਨਹੀਂ ਲੱਗਦਾ ਜੀ ਤੁਹਾਡੇ ਪਿੰਡ ਦਾ ਮਤਲਬ ਤੁਹਾਡੇ ਪਿੰਡ ਦਾ ਤੁਹਾਡੇ ਕੋਲ ਕਾਰਡ ਹੋਣਾ ਚਾਹੀਦਾ ਵੋਟਰ ਕਾਰਡ ਆਧਾਰ ਕਾਰਡ ਵੀ ਆਧਾਰ ਕਾਰਡ ਹੈਗਾ ਪਛਾਣ ਪੱਤਰ ਹੋਣਾ ਚਾਹੀਦਾ ਕੋਈ ਪਛਾਣ ਪੱਤਰ ਹੈਗਾ ਲੰਘਾ ਦਿੰਦੇ ਤੇ ਇਹ ਤੁਹਾਡੇ ਪਿੰਡ ਲਈ ਹੈ ਜਾਂ ਚੁਪਕੀ ਜਾਂ ਹੋਰ ਜਿਹੜੇ ਲਾਗੇ ਤਾਗੇ ਪਿੰਡ ਨੇ ਹੋਰ ਦਾ ਤਾਂ ਪਤਾ ਨਹੀਂ ਸਾਡੇ ਪਿੰਡ ਦਾ ਤਾਂ ਜੀ ਲੰਘਾ ਦਿੰਦੇ ਨੇ ਕੱਲੇ ਤੁਹਾਡੇ ਪਿੰਡ ਵਾਲੇ ਨੂੰ ਅਸਰਪੁਰ ਤੇ ਚੁਪਕੀ ਹਾਂਜੀ ਇਹ ਅਸਰਪੁਰ ਤੇ ਚੁਪਕੀ ਇਕੱਠੇ ਇਕੱਠੇ ਆ ਇਕੱਠੇ ਇਕੱਠੇ ਆ ਪਤਾ ਹੀ ਨਹੀਂ ਲੱਗਦਾ ਕਿਹੜਾ ਪਿੰਡ ਕਿੱਥੇ ਆ ਕਾਂਦਰ ਵਾਲਾ ਕੰਦੇ ਆ ਜੀ ਹੁਣ ਤਾਂ ਜਾਨੀ ਕਿ ਟੋਬਾ ਹੀ ਹੋ ਰਿਹਾ ਹੈਗਾ ਇੱਕ ਵਿਚਕਾਰ ਬਾਕੀ ਇੱਧਰਲੀ ਸਾਈਡ ਤੇ ਤੁਹਾਨੂੰ ਦਿਖਾਇਆ ਜੀ ਕਾਂਦਰ ਵਾਲਾ ਕੰਦ ਲੱਗ ਗਵਾਂਡ ਹਾਂ ਗਵਾਂਡ ਚਲੋ ਠੀਕ ਹੈ ਜੀ ਕੱਢੀਏ ਪੱਠੇ ਵਰਾ ਹਲ ਘਰੇ ਲੈ ਚੱਲਾਂਗੇ ਚਲੋ ਦੇਖ ਰਹੇ ਹਾਂ ਜੀ ਅਸਰਪੁਰ ਅਤੇ ਅਸਰਪੁਰ ਪਿੰਡ ਦੇ ਵਿੱਚ ਮੱਕੀ ਦੀ ਤੁੜਾਈ ਮੱਕ ਦੀ ਤੁੜਾਈ ਜਿਹੜੀ ਉਹ ਚੱਲ ਰਹੀ ਆ ਅਤੇ ਲੇਬਰ ਜਿਹੜੀ ਉਹ ਕੰਮ ਕਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਅੱਜ ਮਤਲਬ ਤੁੜਾਈ ਹੋ ਚੁੱਕੀ ਹੈ ਕਿ ਇਹ ਚੱਲ ਰਹੀ ਹੈ ਚੱਲ ਰਹੀ ਹੈ ਜੀ ਚੱਲ ਰਹੀ ਹੈ ਜੀ ਲੜਾਈ ਚੱਲ ਰਹੀ ਹੈ ਹਾਂਜੀ ਇਸ ਨੂੰ ਤੋੜਨ ਤੋਂ ਬਾਅਦ ਕੱਲੇ ਟਾਂਡਾ ਵੀ ਤੋੜਨਾ ਪੈਂਦਾ ਕਿ ਕੱਲੀ ਛੱਲੀ ਨਹੀਂ ਜੀ ਮੱਕੀ ਤੋੜ ਕੇ ਮੱਕੀ ਖਾਣ ਦੇ ਕੰਮ ਆਉਂਦੀ ਆ ਟਾਂਡੇ ਡੰਗਰਾਂ ਦੇ ਕੰਮ ਆਉਂਦੇ ਨੇ ਚਾਰ ਪਾਉਂਦੇ ਆ ਤੇ ਡੰਗਰਾਂ ਦਾ ਵੀ ਵਿਕਾਸ ਵਧੀਆ ਹੁੰਦਾ ਬਾਕੀ ਜੋ ਸਾਡੇ ਲੋਕਾਂ ਦੀ ਵਧੀਆ ਦਿਹਾੜੀ ਚੱਲਦੀ ਹੈ ਜੀ ਕਿੰਨੀ ਕੁ ਦਿਹਾੜੀ ਜਿਹੜੀ ਦਿਹਾੜੀ 250 ਰੁਪਏ ਜੀ ਤਿੰਨ ਟਾਈਮ ਚਾਹ ਦਿੰਦੇ ਨੇ ਜੀ ਬਹੁਤ ਵਧੀਆ ਸਾਡੇ ਪਿੰਡ ਵਿੱਚ ਕੰਮ ਚੱਲ ਰਿਹਾ ਜੀ ਮਤਲਬ ਇਸ ਖੇਤ 'ਚ ਕੰਮ ਕਰ ਹਾਂਜੀ ਇਸ ਖੇਤ ਵਿੱਚ ਕੰਮ ਹਾਂਜੀ 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 ਗਰਮੀ ਦੇ ਵਿੱਚ ਮੁਸ਼ਕਲ ਆਉਂਦੀ ਹੋਊਗੀ ਬਹੁਤ ਗਰਮੀ ਅੰਦਰ ਹੀ ਖੜਨਾ ਬੜਾ ਮੁਸ਼ਕਲ ਹੈ ਨਹੀਂ ਜੀ ਸਾਨੂੰ 3 ਘੰਟੇ ਲੰਚ ਟਾਈਮ ਦਿੱਤਾ ਜਾਂਦਾ ਹੈ ਜੀ ਹਾਂ ਬਹੁਤ ਵਧੀਆ ਸਾਡਾ ਵਿਕਾਸ ਹੁੰਦਾ ਹੈ ਜੀ ਪਿੰਡ ਵਿੱਚ ਹਾਂਜੀ ਹਾਂਜੀ ਅਸੀਂ 1 ਵਜੇ ਤੋਂ ਲੈ ਕੇ ਜੀ 3 ਵਜੇ ਵਾਪਸ ਆਉਂਦੇ ਹਾਂ ਜੀ ਘਰ ਵਿੱਚੋਂ
हाँ जी सानू रैशड दिती हुई है जी सानू मक्की वाले ने जी भी गर्मी करना हाँ जी लै जाने जी कदे कदे कच्चिया होंदिया ने जिहड़ियां दुद्ध कुकड़ियां लै जाने जी बच्चे खा लैंदे ने वधिया लगदियां खाण हाँ जी भुन के खा नहीं जी वह आटा मैं वह आटा बिहाउण दे काम आउंदिया हाँ सुखा के जी लो जी ये जी मक्कियां ते मक्की दे खेत दे विच काम करदे साडे मजदूर वह मजदूर जिन्हां नूं असीं कहिंदे आ कि साडे समाज की साडे देश की रीढ़ की हड्डी ने इन्हां दे बजाए कोई भी काम जिहड़ा सफल नहीं हो सकता पला दी उसारी दा पला दी खेती दा इस खेत दे मालक भी साडे नाल ने सत श्री अकाल जी की नाम तुहाडा बलविंदर सिंह जी ਮਕਰਾ ਜੀ ਮਕਰਾ ਮਟਰਾਂ ਦਾ ਕੰਮ ਇੱਧਰ ਜ਼ਿਆਦਾ ਹੈ ਨਾ ਤੁਹਾਡਾ ਹਾਂ ਜੀ ਜ਼ਿਆਦਾ ਹੈ ਜੀ ਇਸ ਏਰੀਆ 'ਚ ਕਿੰਨੇ ਖੇਤੀ ਕਰਦੇ ਹੋ ਮਕਰੀ ਇਹ 3 ਕਿੱਲੇ ਨੇ ਜੀ 3 ਕਿੱਲੇ ਹਾਂ ਜੀ ਤੇ ਇਹਦੇ ਤੇ ਲੇਬਰ ਬਹੁਤ ਜ਼ਿਆਦਾ ਹੋ ਗਈ ਖਰਚ ਤਾਂ ਬਹੁਤ ਹ
ਜਾਂਦੇ ਨੇ। ਇਹ ਸਾਰੀ ਫਿਰ ਕਿੱਥੇ ਤੁਸੀਂ ਸੇਲ ਕਰਦੇ ਹੋ? ਇਹ ਸਾਰੀ ਫਿਰ ਰਾਜਪੁਰੇ ਜਾਊਗੀ ਜੀ। ਰਾਜਪੁਰੇ ਹਾਂ ਜੀ, ਫਿਰ ਮਸ਼ੀਨ ਸਾਈਂ ਕਢਾਵਾਂਗੇ, ਫਿਰ ਵੀ ਲੇਬਰ ਪਊਗੀ। ਘਰ ਦੇ ਵਿੱਚ ਵੀ ਰੱਖਦੇ ਹੋ ਪਸ਼ੂਆਂ ਦੇ ਚਾਰੇ ਵਾਸਤੇ? ਹਾਂ, ਪਸ਼ੂਆਂ ਚਾਰ ਵਾਸਤੇ ਪਾਣੇ, ਚਾਰ 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 ਕਿੱਲਿਆਂ ਦਾ। ਚਾਰ ਘਰੇ ਪਾਉਂਦੇ ਹੋ ਜਾਂ ਕੋਈ ਬਾਹਰੋਂ? ਘਰੇ ਵੀ ਪਾਣੇ ਜੀ, ਖੇਤ 'ਚ ਵੀ ਟੋਆ ਪਟਾ ਕੇ। ਕੀ ਪੈਂਦੀ ਆ ਚਾਰ ਦੇ ਵਿੱਚ? ਕੁਛ ਨਹੀਂ ਬੰਦੇ ਜੀ, ਜੇ ਫਿਰ ਵੀ ਕੋਈ ਮਤਲਬ ਉਹਨੂੰ ਘੋਲਣਾ ਪੈਣਾ? ਨਾ ਨਾ, ਕੁਛ ਵੀ ਨਹੀਂ, ਕੱਟ ਕੇ ਰੱਖਣਾ। ਮੈਂ ਕੱਟ ਕੇ ਬਸ ਦੱਬ ਲੈਣਾ। ਚੱਲ ਜੀ, ਧਰਤੀ ਦੱਬਣਾ? ਹਾਂ ਜੀ, ਧਰਤੀ। ਮਹੀਨਾ ਵੀ 20 ਦਿਨ ਜੀ, ਜਦ ਹੀ ਚਲਾ ਦਿੰਦੇ ਜੀ ਫਿਰ ਨਾਲ ਦੀ ਨਾਲ। ਮਹੀਨਾ 20 ਦਿਨ ਦੱਬਿਆ? ਹਾਂ ਜੀ, ਹਾਂ। ਮੱਕ ਤੇ ਮੱਕ ਦੀਆਂ ਛੱਲੀਆਂ, ਮੱਕੀ ਦੀਆਂ ਛੱਲੀਆਂ ਬੱਚੇ ਬੜੇ ਪਿਆਰ ਦੇ ਨਾਲ ਖਾਂਦੇ ਨੇ। ਅੱਜ ਕੱਲ੍ਹ ਕਹਿੰਦੇ ਨੇ ਕਿ ਪੀਜ਼ੇ ਬਰਗਰ ਬਣਨ ਲੱਗ ਗਏ ਨੇ, ਵੱਡੇ ਵੱਡੇ ਰੈਸਟੋਰੈਂਟਾਂ ਦੇ ਵਿੱਚ, ਵੱਡੇ ਵੱਡੇ ਮਾਲਸ ਦੇ ਵਿੱਚ ਮਿਲਦੇ ਨੇ। ਉਹਨਾਂ ਦੇ ਉੱਤੇ ਵੀ ਮੱਕੀ ਦੀਆਂ ਛੱਲੀਆਂ ਦੇ ਨਿੱਕੇ ਨਿੱਕੇ ਦਾਣੇ ਤੁਸੀਂ ਦੇਖੇ ਹੋਣੇ ਆ, ਉਹ ਖਾਧੇ ਹੋਣੇ ਆ। ਵਿਦੇਸ਼ਾਂ 'ਚ ਬੈਠੇ ਸਾਡੇ ਦੋਸਤ ਮਿੱਤਰ ਵੀ ਇਸ ਛੱਲੀ ਨੂੰ ਯਾਦ ਕਰਦੇ ਹੋਣੇ ਆ ਕਿ ਜਦੋਂ ਤੋੜ ਕੇ ਲਿਆਉਂਦੇ ਸੀ ਖੇਤੋਂ ਤਾਂ ਚੁੱਲ੍ਹੇ ਦੇ ਵਿੱਚ ਭੁੰਨ ਕੇ ਉਹ ਛੱਲੀ ਖਾਧੀ ਜਾਂਦੀ ਸੀ। ਅਸਰਪੁਰ ਪਿੰਡ ਦਾ ਇਹ ਖੇਤ ਹੈ, ਇਸ ਅਸਰਪੁਰ ਦੇ ਕਿਸਾਨ ਅਤੇ ਮਜ਼ਦੂਰ ਇਕੱਠੇ ਮਿਲ ਕੇ ਕੰਮ ਕਰਦੇ ਨੇ। ਅੱਗੇ ਅਸਰਪੁਰ ਪਿੰਡ ਦੇਖਦੇ ਹਾਂ। ਕੀ ਹਾਲ ਹੈ ਵੀਰ? ਠੀਕ ਹੈ ਜੀ, ਪੂਰਾ ਠੀਕ ਆ। ਹਾਂ ਜੀ। ਕੀ ਮੋਬਾਈਲ ਤੇ? ਆਨਲਾਈਨ ਕੰਮ ਕਰ ਰਹੇ ਜੀ। ਕੰਪਨੀ 'ਚ ਲੱਗਾਂਗੇ ਜੀ? ਨਾ ਜੀ, ਸਕੂਲ ਜੀ। ਸਕੂਲ ਦਾ? ਹਾਂ ਜੀ। ਨਾਲੇ ਕਹਿੰਦੇ ਸਕੂਲ ਦਾ ਕੰਮ ਸਾਰਾ ਮਤਲਬ ਇਹਦੇ 'ਤੇ ਆ ਜਾਂਦਾ? ਹਾਂ ਜੀ। ਨਹੀਂ, ਜਿਹੜੇ ਟੀਚਰ ਆ, ਮਾਸਟਰ ਆਉਂਦੇ ਆ, ਫੋਟੋ ਆਉਂਦੀ ਉਹਨਾਂ ਦੀ ਕਿ? ਨਾ ਜੀ, ਆਨਲਾਈਨ ਇਕੱਲਾ ਕੰਮ ਕੰਮ ਆਉਂਦਾ? ਕੰਮ 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 ਦੇਖ ਰਿਹਾ। ਹਾਂ, ਦਿਖਾਈ ਮਾੜਾ ਉੱਧਰ ਕੈਮਰੇ 'ਚ ਕਿਹੜੀ ਕੀ ਕੰਮ ਚੱਲ ਰਿਹਾ? ਇਹ ਤਾਂ ਪੁੱਟ ਐਸਾ ਗੇਮ ਲਈ ਬੈਠਾ। ਕੈਮਰੇ 'ਚ ਕਰ, ਕੈਮਰੇ 'ਚ ਕੰਮ, ਕੈਮਰੇ 'ਚ ਦੇਖੋ। ਲੈ, ਇਹ ਕਿਹੜਾ ਸਕੂਲ ਦਾ ਕੰਮ ਆ ਵੀ? ਹੈਂ, ਇਹ ਕਿਹੜਾ, ਇਹ ਖੋਲੀ ਤਾਂ ਤੂੰ ਗੇਮ ਬੈਠਾ? ਨਹੀਂ, ਨਾ ਨਾ, ਪੜਦਾ ਨਹੀਂ ਵੀਰੇ। ਹਾਂ ਜੀ, ਮੋਬਾਈਲ ਤੇ ਨਹੀਂ ਪੜਦਾ? ਮੋਬਾਈਲ ਤੇ ਨਹੀਂ ਪੜਦਾ? ਨਾ, ਘਰੇ ਵੀ ਨਹੀਂ ਪੜਦਾ? ਘਰਾਂ ਨਹੀਂ ਪੜਦਾ, ਇਹਦਾ ਸਕੂਲ 'ਚ ਪੜਦੇ ਤੇ। ਸਕੂਲ 'ਚ ਪੜਦੇ? ਘਰੇ ਤਾਂ ਤੰਗ ਹੀ ਕਰਦੇ? ਘਰਾਂ ਤਾਂ ਡੰਗੇ ਨੇ, ਡੰਗਰਾਂ ਨੂੰ ਹੋਰ ਐਰਾ ਵਗੈਰਾ ਡੰਗਰਾਂ ਦੀ ਆ, ਡੰਗਰਾਂ 'ਚ ਹੀ ਰਹਿੰਦਾ। ਹਾਂ, ਕੰਮ ਨਹੀਂ ਕਰਦਾ ਕੋਈ? ਨਾ, ਕਰਿਆ ਕਰ ਯਾਰ, ਤੂੰ ਖੋਲੀ ਗੇਮ ਬੈਠਾ ਗਾ, ਕਹਿੰਦਾ ਮੈਂ ਪੜਦਾ ਗਾ। ਐਂ ਕਰੇ, ਇੱਕ ਸਵਾਲ ਪਾ ਕੇ ਇੱਕ ਕੱਢ ਕੇ ਤੇ ਸਵਾਲ ਦੇ ਨੂੰ। ਹਾਂ, ਦੇਸ਼ ਦਾ ਪ੍ਰਧਾਨ ਮੰਤਰੀ ਕੌਣ? ਨਰਿੰਦਰ ਮੋਦੀ। ਪੰਜਾਬ ਦਾ ਮੁੱਖ ਮੰਤਰੀ? ਕੈਪਟਨ ਅਮਰਿੰਦਰ ਸਿੰਘ। ਤੇ ਪੰਜਾਬ ਦਾ ਸਿੱਖਿਆ ਮੰਤਰੀ? ਸਿੱਖਿਆ ਤਾਂ ਤੂੰ ਲੈਣਾ ਹੀ ਆ, ਸਕੂਲ ਜਾਣਾ। ਸਿੱਖਿਆ ਮੰਤਰੀ ਦਾ ਨਾਂ ਦੱਸ ਦੇ, 5 ਰੁਪਏ ਦੇ ਕੇ ਜਾਊਂਗਾ। ਦੱਸ, ਨਹੀਂ ਪਤਾ? ਤੇਰੇ ਬਾਪ ਨੂੰ ਪਤਾ? ਚਾਚੇ ਨੂੰ ਪਤਾ? ਵਿਜੇਂਦਰ ਸਿੰਗਲਾ ਪਤਾ ਲੱਗ ਗਿਆ ਹੁਣ? ਚੱਲ ਠੀਕ ਹੈ, ਸਤਿ ਸ਼੍ਰੀ ਅਕਾਲ। ਲਓ ਜੀ, ਮੋਟਰ ਚੱਲੀ ਜਾਂਦੀ ਹੈ ਅਤੇ ਮੋਟਰ ਦਾ ਨਜ਼ਾਰਾ। ਕਹਿੰਦੇ ਨੇ ਗਰਮੀ ਦਾ ਮੌਸਮ ਆ ਗਿਆ, ਬੜੀ ਲੂ ਵਗ ਰਹੀ ਹੈ, ਤੱਤੀਆਂ ਹਵਾਵਾਂ ਚੱਲ ਰਹੀਆਂ ਨੇ, ਪਰ ਪੂਰੇ ਦੇਸ਼ ਦੇ ਵਿੱਚ ਜਿਸ ਤਰ੍ਹਾਂ ਲੋਕਡਾਊਨ ਲੱਗਿਆ ਹੋਇਆ, ਇਹ ਸਾਥੀ ਕਹਿੰਦੇ ਮੋਟਰ ਦੇ ਉੱਤੇ ਨਾ ਰਿਹਾ। ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ? ਸਤਿ ਸ਼੍ਰੀ ਅਕਾਲ ਵੀਰੇ, ਠੀਕ ਹੋ? ਗਰਮੀ ਤੋਂ ਰਾਹਤ? ਹੋਰ ਜੀ ਵੀਰੇ, ਗਰਮੀ ਟੈਂਪਰੇਚਰ ਬਹੁਤ ਹਾਈ ਹੈ ਜੀ। ਫਿਰ ਦਿਨੇ ਦਿਨੇ ਇੱਥੇ ਆ ਜਾਂਦੇ ਹੋ? ਹਾਂ ਜੀ ਹਾਂ। ਕਿੰਨਾ ਕੁ ਠੰਡਾ ਪਾਣੀ ਆ ਵੀਰੇ? ਦੇਖੋ, ਬਹੁਤ ਬਰਫ਼ ਆ ਜਾਵਾਂ ਜੀ। ਬੜਾ ਦੇਖਾਂ ਪਾਣੀ ਮੈਮ, ਦੇਖੋ ਜੀ ਲੋ, ਆਹਾ, ਬੜਾ ਠੰਡਾ ਪਾਣੀ ਹੈ ਜੀ, ਠੰਡਾ ਮੋਟਰ ਦਾ ਪਾਣੀ। ਸਾਡੀ ਮੋਟਰ 'ਤੇ ਆ ਬੱਲੀਏ, ਪੀ ਕੇ ਜਾਈ ਪਾਣੀ। ਹਾਂ ਜੀ ਹਾਂ, ਜ਼ਰੂਰ ਜੀ ਜ਼ਰੂਰ। ਨਾ ਜੀ, ਗਾਣਾ ਗੁਣਾ ਦਾ ਹੁਣ ਕਿਹੜਾ, ਤੁਹਾਨੂੰ ਪਤਾ ਹੀ ਆ, ਗਰਮੀ ਨੇ ਮੱਤ ਮਾਰੀ ਹੋਈ ਹੈ ਸਾਰਿਆਂ ਦੀ। ਗਰਮੀ 'ਚ ਮੱਤ ਇੱਥੇ ਹੀ ਲਾਉਣੇ ਹੋ? ਹਾਂ ਜੀ ਹਾਂ। ਕੀ ਹਾਲ
ਬੈਡਮਿੰਟਨ ਜੀ ਕਬੱਡੀ ਰੇਸ ਲਾਉਂਦੇ ਨੇ 400 ਮੀਟਰ ਤੂੰ ਕਿਹੜੀ ਖੇਡ ਕਰਦਾ ਅਸੀਂ ਟਰੈਕ ਦੇ ਨਾਲ ਬਸ ਬਹੁਤ ਸਾਰੀਆਂ ਸਮੱਸਿਆਵਾਂ ਨੇ ਸਾਡੇ ਮਜ਼ਦੂਰ ਵਰਗ ਨੂੰ ਕਿਉਂਕਿ ਬੱਚੇ ਜਿਹੜੇ ਨੇ ਉਹ ਚਾਹੁੰਦੇ ਨੇ ਕਿ ਅਸੀਂ ਪੜ੍ਹੀਏ ਪਰ ਕਈ ਵਾਰੀ ਉਹਨਾਂ ਘਰ ਦੀਆਂ ਘਰੇਲੂ ਸਮੱਸਿਆਵਾਂ ਕਾਰਨ ਕੰਮ ਕਰਨਾ ਪੈਂਦਾ ਹੈਗਾ 8-8 ਘੰਟੇ 12-12 ਘੰਟੇ ਕੰਮ ਕਰਨਾ ਪੈਂਦਾ ਆਓ ਅਸਰਪੁਰ ਪਿੰਡ ਦੇ ਚੱਲੇ ਕੋਈ ਦਿੱਕਤ ਨੀ ਆਉਂਦੀ ਹੁਣ ਤਾਂ ਦਿੱਕਤ ਬਹੁਤ ਆਉਂਦੀ ਆ ਹੁਣ ਲੱਟਾ ਪੀਂਗ ਹੋ ਰਿਹਾ ਲੱਟਾ ਪੀਂਗ ਆ ਕਿਤੋਂ ਆ ਗਈ ਕਿਤੋਂ ਲੱਗ ਗਈ ਕਿਤੋਂ ਨਾ ਲੱਗ ਗਈ ਦਿਹਾੜੀ ਜੇ ਕਿਤੇ ਥਾਂ ਕਿਸੇ ਤੋਂ ਪੈਸੇ ਲੈਣ ਜਾਂਦੇ ਆ ਆਓ ਅਗਲਾ ਕਹਿੰਦਾ ਵੀ ਖੜ ਜਾਓ 2 ਦਿਨ ਹਜੇ ਆਏ ਨੀ ਭਾਈ ਪੈਸੇ ਸਾਡੇ ਖਾਤੇ ਚ ਅਗਲਾ ਆਪ ਲੱਟਾ ਪੀਂਗ ਹੋਈ ਆ ਉਦੋਂ ਜਾਦੇ ਸਾਡੇ ਨਾਲ ਤਾਂ ਉਹ ਤੰਗ ਆ ਇੱਥੇ ਅਸੀਂ ਤਾਂ ਬਾਹਰ ਚ ਜਾ ਕੇ ਖੜ ਜਾਣਾ ਪਤਾ ਨਹੀਂ ਕਿੱਥੇ ਕਿੱਥੇ ਜਾਂਦਾ ਵਿਚਾਰਾ ਸਾਰੇ ਸਾਰੇ ਲੱਟ ਮੰਤਰੀ ਵੀ ਲੱਟਾ ਪੀਂਗ ਹੋ ਰਹੇ ਨੇ ਜੀ ਹਾਂ ਉਹ ਜਾਦੇ ਹੋ ਰਹੇ ਲਾਦੇ ਉਹ ਜਾਦੇ ਤੰਗ ਨੇ ਉਹ ਕਾ ਤੰਗ ਉਹਨਾਂ ਨੂੰ ਬੈਠੇ ਬਿਠਾਏ ਨੂੰ ਮਿਲਦਾ ਖਾਣ ਨੂੰ ਤੁਹਾਨੂੰ ਧੁੱਪ ਚ ਸਾਰਾ ਦੁਪਹਿਰਾ ਉੱਪਰ ਦੀ ਲੰਘੂਗਾ ਉੱਪਰ ਹੁਣ ਜਿਵੇਂ ਲੋ ਵੀ ਬੜੀ ਗਰਮੀ ਜੋ ਮਰਜ਼ੀ ਆ ਸਾਰਾ ਮਤਲਬ ਪਿੰਡਾ ਪੂਰਾ ਹੰਡਾਉਂਦਾ ਆਪਣੇ ਪੂਰਾ ਚਾਹੇ ਰੋਟੀ ਸੇਕ ਲਈ ਦੁਪਹਿਰ ਨੂੰ ਆ ਕੇ ਸਾਹਮਣੇ ਖੜਿਆ ਇੱਕ ਤਾਂ ਹੁੰਦਾ ਜੀ ਕੋਈ ਕੋਈ ਚੋਰੀ ਕਰ ਰਿਹਾ ਤੁਹਾਡੇ ਸਾਹਮਣੇ ਚੱਲ ਰਿਹਾ ਬਾਦਲ ਵਾਲਾ ਇਹਨੇ ਦਿੱਤੇ ਤੇ ਕੁੜੀ ਦਿੱਤਾ ਸਾਈਕਲ ਉਹ ਐਮ ਐਲ ਏ ਫਿਰਦਾ ਕੁੜੀ ਵਿਚਾਰੀ ਕੁੜੀ ਉਹ ਵਿਚਾਰੀ ਸਕੂਲ ਤੋਂ ਹਟ ਗਈ 12 ਕਲਾਕ ਜੀ ਮੈਂ ਵਿਆਹੀ ਪਿੱਛੇ ਉਹ ਵੀ ਔਖਿਆਈ ਹੋ ਗਈ ਹੈ ਨਾ ਸਿਆਈ ਹੋ ਜੀ ਕੀ ਅੰਦਰ ਸਾਹਮਣੇ ਦੇਖ ਲਾ ਬੱਚਿਆਂ ਨੂੰ ਦਿਲ ਤਾਂ ਕਰਦਾ ਪੜਾਈਏ ਪਰ ਪੜਾਣ ਕੀ ਕਰੀ ਗਰੀਬੀ ਆ ਜੀ ਹੁਣ ਆ ਕੁੜੀ ਨੂੰ ਸਕੂਲ ਚੋਂ ਮਿਲਿਆ ਅਸਰਪੁਰ ਤੋਂ ਸਕੂਲ ਚੋਂ ਆਇਆ ਸਾਈਕਲ ਆ ਕੁੜੀ ਵਿਆਹੀ ਮੈਂ ਪਿਛਲੇ ਸਾਲ ਵਿਆਹੀ ਆ ਵਿਚਾਰੀ ਚੱਕ ਕੇ ਮੈਂ ਚੱਕ ਰੁਕਿਆ ਉਹਦਾ ਸਾਈਕਲ ਹੁਣ ਔਖਾ ਹੋਇਆ ਪਿਆਗਾ ਔਖੇ ਤੁਹਾਡੇ ਸਾਹਮਣੇ ਦੇਖ ਲਓ ਜੀ ਚਲੋ ਠੀਕ ਆ ਮੈਂ ਸਾਈਕਲ ਲਏਗਾ ਤੁਹਾਡਾ ਉਹ ਵਾਲਾ ਲੈ ਜਾ ਜੀ ਉਹ ਵਾਲਾ ਅਸਰਪੁਰ ਪਿੰਡ ਦੇਖ ਰਹੇ ਹਾਂ ਅਤੇ ਅਸਰਪੁਰ ਪਿੰਡ ਦੇ ਵਿੱਚ ਸਾਡੇ ਨਾਲ ਹਰਭਜਨ ਸਿੰਘ ਸਰਪੰਚ ਨੇ ਇਸ ਪਿੰਡ ਦੇ ਅਤੇ ਕਿੰਨਾ ਕੁ ਅਸਰ ਰਿਹਾ ਪਿੰਡ ਦੇ ਉੱਤੇ ਅਸਰਪੁਰ ਪਿੰਡ ਦੇ ਉੱਤੇ ਆਪਾਂ ਸਰਪੰਚ ਸਾਹਿਬ ਨਾਲ ਕਰਦੇ ਹਾਂ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਰਪੰਚ ਸਤਿ ਸ਼੍ਰੀ ਅਕਾਲ ਸਰ ਜੀ ਕਿਸ ਤਰ੍ਹਾਂ ਦੀਆਂ ਗਤੀਵਿਧੀਆਂ ਰਹੀਆਂ ਲੋਕਡਾਊਨ ਦੇ ਵਿੱਚ ਕਿਉਂਕਿ ਲੋਕ ਵੀ ਬੜੇ ਔਖੇ ਰਹੇ ਸਮੱਸਿਆਵਾਂ ਆਈਆਂ ਰਾਸ਼ਨ ਨੂੰ ਲੈ ਕੇ ਲੋਕਾਂ ਦੇ ਅੰਦਰ ਇੱਕ ਡਰ ਵੀ ਸੀਗਾ ਨਹੀਂ ਸਾਡੇ ਤਾਂ ਕੋਈ ਇੰਨੀ ਕੋਈ ਦਿੱਕਤ ਨਹੀਂ ਸਰ ਬਹੁਤ ਵਧੀਆ ਰਿਹਾ ਜੀ ਡਰ ਤਾਂ ਹੁੰਦਾ ਹੀ ਤਾਂ ਸੈਨਾਟਾਈਜ਼ਰ ਕਰਾਉਂਦੇ ਰਹੇ ਸੀ ਆਏ ਹਫ਼ਤੇ 10 ਦਿਨਾਂ ਬਾਅਦ ਕਰਾ ਦਿੰਦੇ ਹਾਂ ਜੀ ਪਿੰਡ ਦੇ ਵਿੱਚ ਜੀ ਪੱਕਾ ਹੀ ਲਿਆ ਕੇ ਰੱਖ ਰਿਹਾ ਵੀਡੀਓ ਸਾਹਿਬ ਨੇ ਦਿੱਤਾ ਸਾਨੂੰ ਸਰ ਗੁਰਮੇਲ ਸਿੰਘ ਜੀ ਨੇ ਐਮ ਐਲ ਏ ਦੇ ਸਹਿਯੋਗ ਨਾਲ ਅਤੇ ਬਾਕੀ ਨਿਰਾਸ਼ਨ ਵਧੀਆ ਆ ਗਿਆ ਸਾਡੇ ਜੀ
ਮਤਲਬ ਘਰਾਂ ਤੱਕ ਜਿਹੜੇ ਮਜ਼ਦੂਰ ਸੀ ਉਹਨਾਂ ਤੱਕ ਪਹੁੰਚਿਆ ਹਾਂ ਪਹੁੰਚ ਗਿਆ ਜੀ 180 ਆਪਣਾ 85 ਬੰਦਿਆਂ ਨੂੰ ਰਾਸ਼ਨ ਦੇਤਿਆ ਜੀ ਤੇ ਜਿਵੇਂ ਹੁਣ ਲੋਕਡਾਊਨ ਦੇ ਵਿੱਚ ਥੋੜੀ ਜਿਹੀ ਢਿੱਲ ਮਿਲੀ ਆ ਹੁਣ ਇਹ ਤਾਂ ਨਹੀਂ ਲੋਕ ਫਿਰ ਉਸੇ ਤਰ੍ਹਾਂ ਭੱਜ ਦੌੜ ਜਿਹੜੀ ਕਰ ਰਹੇ ਨਹੀਂ ਕੋਈ ਭੱਜ ਦੌੜ ਨਹੀਂ ਬਿਲਕੁਲ ਠੀਕ ਹੈ ਨੇ ਸਾਰੇ ਕੰਮ ਧੰਦੇ ਵਾਲੇ ਉਹੀ ਕੰਮ ਧੰਦੇ ਸਾਰੇ ਬਿਲਕੁਲ ਠੀਕ ਜੇ ਖੇਤੀ ਦੀ ਗੱਲ ਕਰੀਏ ਸਰਪੰਚ ਸਾਹਿਬ ਖੇਤੀ ਦੇ ਲਈ ਬੜੀ ਮੁਸ਼ਕਲ ਆਈ ਕਿਰਾਂ ਜੋ ਕਣਕ ਵੱਢਣੀ ਸੀਗੀ ਵਾਢੀ ਸ਼ੁਰੂ ਹੋਣੀ ਸੀ ਉਸ ਸਮੇਂ ਮੁਸ਼ਕਲ ਇੱਕ ਵਾਰੀ ਆਉਂਦੀਆਂ ਨੇ ਜਦੋਂ ਇਹ ਜਿਹਾ ਕੰਮ ਹੁੰਦਾ ਜੀ ਹਾਂ ਹਾਂ ਮੁਸ਼ਕਲ ਤਾਂ ਹੁੰਦੀ ਹੈ ਹੁਣ ਵੀ ਮੁਸ਼ਕਲ ਆਉਣਗੇ ਲੇਬਰ ਦੀ ਮੁਸ਼ਕਲ ਆਊਗੀ ਜੀ ਲੇਬਰ ਨਹੀਂ ਹੁਣ ਲੇਬਰ ਦਾ ਕਿਵੇਂ ਕਰੇ ਕਿਉਂਕਿ ਬਹੁਤ ਸਾਰੀ ਲੇਬਰ ਤਾਂ ਜੀ ਅਸੀਂ ਪਿੰਡ 'ਚ ਬਹਿ ਕੇ ਸੋਥਾ ਕਰ ਲਿਆ ਸੀ ਤੇ ਰੇਟ ਖੋਲ ਲਿਆ ਪਿੰਡ ਦੀ ਲੇਬਰ ਨਾਲ ਤੇ ਜੇ ਕੋਈ ਦਿੱਕਤ ਆਊਗੀ ਫਿਰ ਬਾਹਰੋਂ ਦੇਖਾਂਗੇ ਕੋਈ ਹਿੱਲਾ ਕਰਾਂਗੇ ਨਹੀਂ ਜੇ ਪਿੰਡ ਦੀ ਲੇਬਰ ਨੂੰ ਕੋਲੇ ਬਿਠਾਇਆ ਜਾਂ ਆਪਣੇ ਆਪ ਹੀ ਹੱਲ ਕਰ ਲਿਆ ਨਾ ਇਕੱਠ ਕਰਕੇ ਜੀ ਸਾਰੇ ਪਿੰਡ ਦਾ ਸਾਰੇ ਪਿੰਡ ਦਾ ਸਾਡੇ ਪਿੰਡ ਦਾ ਇਕੱਠ ਕਰਕੇ ਲਿਖ ਲਿਆ ਜੀ ਉਹਦਾ ਰੇਟ ਫਿਕਸ ਕਰ ਲਿਆ ਹਾਂ ਸਾਰੇ ਪਿੰਡ ਲੇਬਰ ਨੇ ਹਾਂ ਕਰਤੀ ਸਾਰੇ ਬੰਦੇ ਨੇ ਹਾਂ ਕਰਤੀ ਅੱਛਾ ਸਾਰੇ ਪਿੰਡ ਦੇ ਸਹਿਯੋਗ ਨਾਲ ਕੀਤਾ ਸਾਰਾ ਕੰਮ ਜੀ ਕੀ ਹਾਲ ਆ ਬਾਈ ਜੀ ਵਧੀਆ ਜੀ ਕਿਵੇਂ ਠੀਕ ਹੋ ਹਾਂਜੀ ਕਿਵੇਂ ਵਿਚਾਲੇ ਖੜੇ ਸੜਕ ਦੇ ਬਸ ਵੈਸੇ ਹੀ ਵਿਹਲੇ ਆ ਵਿਹਲੇ ਵਿਹਲੇ ਜੀ ਵਿਹਲੇ ਕੀ ਕਰੀਏ ਜੀ ਕੰਮ ਕੰਮ ਹੈ ਨਹੀਂ ਖੇਤ 'ਚ ਕੋਈ ਕੰਮ ਜੀ ਨਹੀਂ ਫਿਰ ਕੰਮ ਦਾ ਮਤਲਬ ਤੁਹਾਨੂੰ ਸੜਕ ਦੇ ਵਿਚਾਲੇ ਖੜਨਾ ਸੜਕ ਦੇ ਉਹ ਫੜ ਗਏ ਜੀ ਕੀ ਕਰੀਏ ਵਿਹਲੇ ਖੜੇ ਸੜਕ ਦੇ ਕਿਉਂ ਖੜੇ ਹੋ ਵੀ ਕਿਧਰੋਂ ਆਉਂਦਾ ਜਾਂਦਾ ਦੇਖਦੇ ਹੋ ਵੀ ਕਿਹੜਾ ਕਿੱਧਰ ਨਹੀਂ ਜਾਂਦਾ ਇਹ ਜੇ ਪਤਾ ਲੱਗ ਜਾਏ ਜੀ ਉਹਨੇ ਵੀ ਟਰੈਕਟਰ ਆ ਗਿਆ ਜੀ ਟਰੈਕਟਰ ਆ ਗਿਆ ਠੀਕ ਹੈ ਜੀ ਹਾਂਜੀ ਉਧਰ ਹੀ ਮੋੜ ਕੇ ਲੈ ਜਾਓ ਉਹ ਤਾਂ ਡਰ ਗਿਆ ਹਾਂਜੀ ਹਾਂਜੀ ਡਰ ਗਿਆ ਹਾਂਜੀ ਉਹ ਅੰਦਰ ਆਉਂਦੇ ਨਹੀਂ ਇਹ ਰਸਤਾ ਮੇਨ ਹੈ ਜੀ ਇੱਧਰ ਕੋਈ ਨਹੀਂ ਆਂਦਾ ਜੀ ਇੱਧਰ ਨੂੰ ਕਿਹੜਾ ਰਸਤਾ ਪੈਂਦਾ ਇੱਧਰ ਨੂੰ ਚਤੈਰਾ ਜੀ ਚਤੈਰਾ ਗਾਜੇਵਾਜ ਜੀ ਚਤੈਰਾ ਤੇ ਗਾਜੇਵਾਜ ਜੀ ਹਾਂਜੀ ਇੱਧਰ ਨੂੰ ਚੁਬਕੀ ਨਸੂਪੁਰ ਟੋਡਰ ਤਿੰਨ ਚਾਰ ਪਿੰਡ ਨੇ ਜੀ ਮੈਨੂੰ ਤੈਨੂੰ ਚੱਲਦੀ ਬਸ ਹੁਣ ਪਿੰਡ ਲੈ ਦੂਗਾ ਟੋਡਰ ਦੁੱਲੜ ਚੁਬਕੀ ਦੁੱਲੜ ਤਾਂ ਪਰ ਕਹਿ ਨਹੀਂ ਆਉਂਦਾ ਲਓ ਜੀ ਖੇਤਾਂ ਦੇ ਵਿੱਚ ਅਸਰਪੁਰ ਦੇ ਖੇਤਾਂ ਦੇ ਵਿੱਚ ਨਿੱਕੇ ਨਿੱਕੇ ਬੱਚੇ ਕਿਉਂਕਿ ਸਕੂਲ ਬੰਦ ਨੇ ਤੇ ਬੱਚੇ ਬੈਠੇ ਨੇ ਖੇਤ ਕੀ ਹਾਲ ਹੈ ਤੇਰਾ ਅਗਮਵੀਰ ਸਿੰਘ ਨਹੀਂ ਹਾਲ ਕੀ ਹੈ ਤੇਰਾ ਕਿਵੇਂ ਆ ਤੂੰ ਕਿਵੇਂ ਠੀਕ ਆ ਹਾਂ ਠੀਕ ਆ ਹਾਂ ਪੂਰਾ ਵਧੀਆ ਨਾ ਹੁਣ ਨਾ ਦੱਸ ਤੇਰਾ ਨਾਂ ਕੀ ਹੈ ਮੈਨੂੰ ਨਾਮ ਅਗਮਵੀਰ ਸਿੰਘ ਆ ਅੱਛਾ ਕੀ ਸੁਣਾਏਗਾ ਮੈਂ ਸੁਣਾਉਂਗਾ ਮੈਂ ਸੁਣਾਉਂਗਾ ਇਹ ਮੋਛਾ ਕੀ ਤੇਰੇ ਇੱਥੇ ਆਏ ਨੇ ਕਦੋਂ ਕਰੀਨਾ ਮੈਂ ਹੈ ਨਹੀਂ ਹਾਂ ਇਹ ਆਏ ਨੇ ਕਦੋਂ ਕਰ ਰਹੇ ਆ ਹਾਂ ਜੀ ਹਾਂ ਮੈਂ ਜੇ ਉਹੀ ਕਰ ਰਹੇ ਨੇ 500 ਦਾ ਨੋਟ ਦਈਏ ਉਹਨੂੰ ਖੋਲ ਕੇ ਕਿਵੇਂ ਦੇਗਾ 500 ਦੇ ਨੋਟ ਨੂੰ ਕਿਵੇਂ ਖੁੱਲਾ ਕਰੇਗਾ ਮੈਂ ਮੇਰੇ 500 ਦਾ ਨੋਟ ਖੋਲਣਾ ਆਉਂਦਾ ਹੈ ਕਿਵੇਂ ਖੋਲੇਗਾ ਉਹ ਆਏ ਕਰ ਖੋਲ ਦੇਗਾ ਆਏ ਕਰ ਖੋਲ ਦੇਗਾ 500 ਦਾ ਨੋਟ ਇਹ ਖੋਲ ਦਿੰਦਾ 500 ਦਾ ਨੋਟ ਹਾਂ ਖੋਲ ਦੇ ਤੇਰਾ ਨਾਮ ਕੀ ਹੈ ਅਨਮੋਲ ਕੌਰ ਕੀ ਸੁਣਾਏਗੀ ਮੇਰੀ ਖਬਰਾਂ ਸੁਣਨੀਆਂ ਨੇ ਹੈ ਖਬਰਾਂ ਸੁਣਾਉਂਗੀ ਖਬਰਾਂ ਚਲ ਖਬਰਾਂ ਸੁਣਾ ਦੇ ਮੇਰਾ ਨਾਮ ਹੈ ਅਨਮੋਲ ਕੌਰ ਮੈਂ ਸੈਕਿੰਡ ਕਲਾਸ 'ਚ ਤੇ ਤੁਸੀਂ ਕੋਈ ਘਰ 'ਚ ਬਾਹਰ ਨਾ ਨਿਕਲੇ ਨਹੀਂ ਤਾਂ ਕਰੋਨਾ ਆ ਜਾਊਗਾ ਘਰ ਦੇ ਅੰਦਰ ਹੀ ਰਹੋ ਵੀ ਤੁਸੀਂ ਸੇਫ ਰਹੋਗੇ ਤੇ ਤੁਸੀਂ ਵਾਰ ਵਾਰ ਹੱਥ ਧੋਵੋ ਇਸ ਤੁਹਾਡੇ ਹੱਥ 'ਚ ਜਰਮਸ ਨਹੀਂ ਰਹਿਣਗੇ ਤੁਸੀਂ ਵਾਰ ਵਾਰ ਹੈਂਡ ਵਾਸ਼ ਕਰ ਜਾਓ ਖਾਣਾ ਖਾਣ ਤੋਂ ਪਹਿਲਾਂ ਵੀ ਹੈਂਡ ਵਾਸ਼ ਕਰੋ ਜੋ ਚੀਜ਼ ਵੀ ਕਰਦੇ ਹੋ 20 ਮਿੰਟ ਤੱਕ ਹੈਂਡ ਵਾਸ਼ ਕਰੀ ਜਾਓ ਲਓ ਜੀ ਇਹ ਦੇਖੋ ਜੀ ਨਿੱਕੇ ਨਿੱਕੇ ਬੱਚੇ ਖਬਰਾਂ ਸੁਣਾਉਂਦੇ ਨੇ ਪਰ ਇਹ ਖਬਰਾਂ ਰਿਪੀਟ ਕਰਦੇ ਨੇ ਪਹਿਲਾਂ ਹੁੰਦੀਆਂ ਹੁੰਦੀਆਂ ਸੀ ਗੂੰਗੇ ਬੋਲੇ ਵਾਲੀਆਂ ਖਬਰਾਂ ਇੱਕ ਬੰਦਾ ਪੜਦਾ ਸੀ ਦੂਜਾ ਨਾਲ ਨਾਲ ਹੱਥ ਥੱਲੇ ਜੇ ਮਾਰਦਾ ਹੁੰਦਾ ਸੀ ਤਾਂ ਇਹ ਨਾਲ ਨਾਲ ਦੋਨੇ ਬੋਲ ਬੋਲ ਕੇ ਸੁਣਾਉਂਦੇ ਨੇ ਭੈਣ ਭਰਾ ਦੋਨੇ ਯੈਸ ਹੈ ਚਲੋ ਠੀਕ ਆ ਬਾਏ ਅਸਰਪੁਰ ਪਿੰਡ ਦੀ ਸੱਥ ਦੇ ਵਿੱਚ ਪਹੁੰਚ ਗਿਆ ਬਜ਼ੁਰਗ ਬੈਠੇ ਸਤਿ ਸ੍ਰੀ ਅਕਾਲ ਬਾਬਾ ਜੀ ਕੀ ਹਾਲ ਨੇ ਸਤਿ ਸ੍ਰੀ ਅਕਾਲ ਜੀ ਠੀਕ ਆ ਜੀ ਬੜੀਆਂ ਦੂਰੀਆਂ ਵੱਧ ਗਈਆਂ ਹਾਂ ਜੀ ਹਾਂਜੀ ਸਾਂ ਵਧੀਆ ਲੌਕਡਾਊਨ ਚ ਹਾਂ ਜੀ ਹਾਂਜੀ ਹਾਂਜੀ ਲੌਕਡਾਊਨ ਚ ਕਿਵੇਂ ਰਿਹਾ ਘਰੇ ਸੌਖਾ ਰਿਹਾ ਕਿ ਔਖਿਆਈ ਆਈ ਬੜੀ ਮੋਟੀ ਔਖਿਆਈ ਹੋਈ ਔਖਿਆਈ ਆਈ ਹੈ ਜੀ ਕਿੰਨੀ ਔਖਿਆਈ ਆਈ ਔਖਿਆਈ ਬਹੁਤ ਆਈ ਹੈ ਜੀ ਨਹੀਂ ਜਿਵੇਂ ਕਹਿੰਦੇ ਨੇ ਰਾਸ਼ਨ ਪਾਣੀ ਪਹੁੰਚਿਆ ਕਿ ਨਹੀਂ ਪਹੁੰਚਿਆ ਸਰਕਾਰ ਵੱਲੋਂ ਕੋਈ ਪਹੁੰਚਿਆ ਤਾਂ ਹੈਗਾ ਜੀ ਕੀ ਰਾਸ਼ਨਾ ਇੰਨਾ ਦਾ ਰਾਸ਼ਨ ਪਾਣੀ ਦਾ ਕੀ ਪਹੁੰਚਣਾ ਕਿਸੇ ਨੂੰ ਮਿਲ ਗਿਆ ਕਿਸੇ ਨੂੰ ਮਿਲਿਆ ਕਿਸੇ ਨੂੰ ਮਿਲ ਗਿਆ ਕਿਸੇ ਨੂੰ ਨਹੀਂ ਮਿਲਿਆ ਨਹੀਂ ਮਿਲਿਆ ਅੱਛਾ ਬਾਬਾ ਜੀ ਕਹਿੰਦੇ ਨੇ ਕਿ ਇੱਕ ਵਾਬ ਰੋਲਾ ਹੁੰਦਾ ਵਾਬ ਰੋਲਾ ਉਹ ਕੀ ਹੁੰਦਾ ਵਾਬ ਰੋਲਾ ਵਾਬ ਰੋਲਾ ਦਾ ਜੀ ਹਵਾ ਦੀ ਗੱਠ ਹੁੰਦੀ ਆ ਬਣ ਜਾਂਦੀ ਆ ਚੜ ਜਾਂਦੇ ਉੱਪਰ ਜਿਵੇਂ ਇਹਨਾਂ ਦਿਨਾਂ ਦੇ ਵਿੱਚ ਹੁਣ ਵਾਬ ਰੋਲੇ ਚੱਲਣਗੇ ਨਾ ਚੱਲਣਗੇ ਤੇ ਲੋ ਵੀ ਚੱਲ ਰਹੀ ਆ ਹਾਂਜੀ ਹਾਂਜੀ ਤੇ ਨਹੀਂ ਉਹ ਕਹਿੰਦੇ ਨੇ ਕਿ ਬੜਾ ਖਤਰਨਾਕ ਹੁੰਦਾ ਵਾਬ ਰੋਲਾ ਜੇ ਬੜੀ ਤੇਜ਼ ਆਵੇ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਤੇ ਤੁਸੀਂ ਦੇਖਿਆ ਕਿਤੇ ਵਾਬ ਰੋਲਾ ਹਾਂਜੀ ਬੜਾ ਹੈ ਬੜੇ ਅੱਛਾ ਕੀ ਹਾਲ ਹੈ ਬਾਈ ਜੀ ਵਧੀਆ ਜੀ ਅੱਛਾ ਵਾਬ ਰੋਲੇ ਬਾਰੇ ਤਾਂ ਬਾਬੇ ਨੇ ਦੱਸਿਆ ਕਿ ਹੁੰਦਾ ਚੱਕਵੇਂ ਪੈਰੀ ਹੋ ਜਾਣਾ
ਅੱਛਾ ਜੀ ਚੱਕਵੇਂ ਪੈਰੀ ਜੇ ਬੰਦੇ ਨੂੰ ਕੋਈ ਕਾਲੀ ਆ ਜੇ ਚੱਕਵੇਂ ਪੈਰੀ ਤੇ ਜਦੋਂ ਲਾਕਡਾਊਨ ਲੱਗਿਆ ਸੀਗਾ ਪਹਿਲਾ ਦਿਨ ਹੋਇਆ ਸੀਗਾ ਹਾਂਜੀ ਉਦੋਂ ਕਈ ਖਬਰਾਂ ਆਈਆਂ ਕਿ ਪੁਲਿਸ ਨੇ ਫਲਾਣੇ ਥਾਂ ਤੇ ਬੰਦੇ ਐ ਰੋਕ ਲਏ ਐ ਰੋਕ ਲਏ ਹਾਂਜੀ ਉਦੋਂ ਕਈ ਵਾਰੀ ਬਾਹਰ ਨਿਕਲ ਗਿਆ ਉਦੋਂ ਬੰਦਾ ਚੱਕਵੇਂ ਪੈਰੀ ਹੋਏ ਨਾ ਕਿ ਪੁਲਿਸ ਆ ਗਈ ਭੱਜ ਲਓ ਭੱਜ ਬਹੁਤ ਜ਼ਿਆਦਾ ਹੋਇਆ ਜੀ ਪੂਰੇ ਆਉਂਦੇ ਰਹੀ ਪੁਲਿਸ ਜੇ ਮਾੜਾ ਮੋਟਾ ਉਰਾਂ ਬੈਠੇ ਹੁੰਦੇ ਤੇ ਭੱਜਣਾ ਪੈ ਜਾਂਦਾ ਦੀ ਬਸ ਫਿਰ ਚੱਕਵੇਂ ਪੈਰੀ ਹੋ ਜਾਂਦੇ ਚੱਕਵੇਂ ਪੈਰੀ ਕਿਵੇਂ ਹੁੰਦੇ ਬੜਾ ਚੱਕਵੇਂ ਪੈਰੀ ਹੋ ਕੇ ਦਿਖਾ ਚੱਪਲਾਂ ਪਈ ਆ ਫਸਾਂ ਭੱਜੇ ਗੁਰੂ ਗੋਬਿੰਦ ਸਿੰਘ ਜੀ ਦਾ ਨਾਂ ਹੀ ਬੋਲਦੇ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਰ ਹੀ ਫਤਿਹ ਬੁਲਾਈ ਦੀ ਆਪਣੇ ਘਰ ਨੀ ਜਾ ਸਕੇ ਉਹਨਾਂ ਨੂੰ ਹਰ ਇੱਕ ਨੂੰ ਇੱਕ ਦੂਜੇ ਦਾ ਡਰ ਹੋ ਗਿਆ ਕੋਈ ਇਹੋ ਜਿਹੀ ਕੁਦਰਤ ਵੱਲੋਂ ਕਰੋਪੀ ਆਈ ਜਿਵੇਂ ਲਾ ਲਓ ਕੋਈ ਬਿਮਾਰੀ ਹੋਈ ਪਹਿਲਾਂ ਵੀ ਬਹੁਤ ਬਿਮਾਰੀਆਂ ਨੇ ਗੁਰੂ ਹਰਕ੍ਰਿਸ਼ਨ ਵਕਤ ਵੀ ਬਿਮਾਰੀ ਆਈ ਬਿਲਕੁਲ ਕਿੰਨੇ ਕੁ ਵਾਰ ਲੱਗਦਾ ਤੁਹਾਨੂੰ ਹੱਥ ਧੋ ਲੈਂਦੇ ਹੋ ਘਰ ਦੇ ਦੇਖੋ ਤਕਰੀਬਨ ਲਾ ਲਓ ਹਰ ਇੱਕ ਬੰਦਾ ਆਪਣੇ ਪਿੰਡ ਗ੍ਰਾਮ ਪੰਚਾਇਤ ਵੱਲੋਂ ਵੱਲੋਂ ਵੀ ਸਾਰੇ ਪਿੰਡ 'ਚ ਵੀ ਸੈਨੀਟਾਈਜ਼ਰ ਦੇ 3-4 ਵਾਰੀ ਸਪਰੇਆਂ ਹੋਈਆਂ ਨੇ ਹਰ ਇੱਕ ਪਿੰਡਾਂ ਦੇ ਵਿੱਚ ਘਰ ਘਰ ਵਿੱਚ ਸੈਨੀਟਾਈਜ਼ਰ ਵੀ ਵੰਡਿਆ ਗਿਆ ਸਰਪੰਚ ਸਾਹਿਬ ਗ੍ਰਾਮ ਪੰਚਾਇਤ ਵੱਲੋਂ ਹਰ ਇੱਕ ਬੰਦਾ ਹੱਥ ਸਾਬਣ ਨਾਲ ਜ਼ਿਆਦਾ ਯੂਜ ਕਰ ਰਿਹਾ ਹੁਣ ਕਿਉਂਕਿ ਪੜ੍ਹੇ ਲਿਖੇ ਲੋਕ ਵੱਧ ਹੋ ਗਏ ਹੁਣ ਹਰ ਇੱਕ ਬੰਦਾ ਚਾਹੇ ਕੋਈ ਅਨਪੜ੍ਹ ਹਰ ਇੱਕ ਸੈਨੀਟਾਈਜ਼ਰ ਨਾਲ ਹੱਥ ਯੂਜ ਕਰ ਰਿਹਾ ਜੀ ਬਿਲਕੁਲ ਜੀ ਹਰ ਇੱਕ ਬੰਦਾ ਜਿਹੜਾ ਆਪਣੇ ਹਿਸਾਬ ਦੇ ਨਾਲ ਪੂਰੀ ਆਪਣੀ ਸੇਫਟੀ ਰੱਖ ਰਿਹਾ ਹੈਗਾ ਇਹ ਪਿੰਡ ਅਸਰਪੁਰ ਆਪਾਂ ਦੇਖਿਆ ਅਤੇ ਚੱਕਵੇਂ ਪੈਰੀ ਨਾ ਹੋਇਆ ਕਰੋ ਪੁਲਿਸ ਨੂੰ ਦੇਖ ਕੇ ਜਾਂ ਸਾਡੇ ਇਸ ਡਿਪਾਰਟਮੈਂਟ ਨੂੰ ਦੇਖ ਕੇ ਤਾਂ ਕਿ ਉਹ ਵੀ ਤੁਹਾਡੀ ਸਪੋਰਟ ਦੇ ਲਈ ਨੇ ਡਾਕਟਰ ਨੇ ਪੁਲਿਸ ਕਰਮਚਾਰੀ ਨੇ ਉਹ ਵੀ ਤੁਹਾਡੀ ਸਪੋਰਟ ਦੇ ਲਈ ਨੇ ਸੜਕਾਂ ਦੇ ਉੱਤੇ ਚੌਂਕਾਂ ਦੇ ਵਿੱਚ ਖੜ੍ਹੇ ਨੇ ਤਾਂ ਕਿ ਤੁਹਾਨੂੰ ਸੁਰੱਖਿਅਤ ਜਿਹੜਾ ਉਹ ਰੱਖ ਸਕਣ ਅੱਗੇ ਆਪਾਂ ਹੋਰ ਪਿੰਡ ਦੇਖਾਂਗੇ ਕਿਸ ਤਰ੍ਹਾਂ ਦੇ ਹਾਲਾਤ ਨੇ ਪਿੰਡਾਂ ਦੇ ਕਰੋਨਾ ਦੇ ਸੰਕਟ ਦੇ ਸਮੇਂ ਦੇ ਵਿੱਚ ਪ੍ਰੋਗਰਾਮ ਇਸੇ ਤਰ੍ਹਾਂ ਦੇਖਦੇ ਰਹੋ ਸਾਥ ਦਿਓ ਆ ਗਿਆ ਸਤਿ ਸ਼੍ਰੀ ਅਕਾਲ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।